ਕਰਾਂਗੇ ਮਿਸ਼ਨ 22 ਦੀ ਮਿਸ਼ਨ 2022 ਦੇ ਲਈ ਕੁਨਬਾ ਵਧਾਉਣ ਦੇ ਵਿੱਚ ਲਗਾਤਾਰ ਬੀਜੇਪੀ ਜੁਟੀ ਹੋਈ ਹੈ। ਸਾਬਕਾ ਡੀਜੀਪੀ ਐਸਐਸ ਵਿਰਕ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਕਈ ਹੋਰਨਾਂ ਪਾਰਟੀਆਂ ਦੇ ਆਗੂ ਵੀ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ। ਸਾਬਕਾ ਅਕਾਲੀ ਵਿਧਾਇਕ ਸਰਬਜੀਤ ਮੱਕੜ, ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਭੱਟੀ ਵੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ। ਲਗਾਤਾਰ ਬੀਜੇਪੀ ਵੱਲੋਂ ਕੁਨਬਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਮਕਸਦ ਟੀਚਾ ਇੱਕ ਹੀ ਹੈ ਕਿ ਕਿਵੇਂ 2022 ਦਾ ਜਿਹੜਾ ਸਿੰਘਾਸਣ ਹੈ ਸਿੰਘਾਸਣ ਤੱਕ ਪਹੁੰਚਿਆ ਜਾਵੇ ਅਤੇ 2022 ਦਾ ਜਿਹੜਾ ਮੈਦਾਨ ਹੈ ਉਸਨੂੰ ਫਤਿਹ ਕੀਤਾ ਜਾਵੇ। लगातार कोशिशें की जा रही ने। पिछले दिनों की गल की जाए तो अकाली दल में वड्डा झटका दिता गया। जिहड़े मनजिंदर सिंह सिरसा जिहड़े लगातार प्रधान रहे ने DIGMC दे, उन्हां नूं बीजेपी दे विच शामिल करवाया गया। तो हुण SS विर्क जिहड़े साबका DGP ने उन्होंने भी बीजेपी का पल्ला फड़ लिया। निजाम बदलना, असीं उत्थों दा मंजर चेंज करना, ਉਹ ਇੱਦਾਂ ਬੈਠ ਕੇ ਨਹੀਂ ਹੋਣਾ। ਉਹ ਚਿਹਰੇ ਤੋਂ ਜੋਸ਼ ਦਿਸਣਾ ਚਾਹੀਦਾ, ਤੁਹਾਡੀਆਂ ਤਾੜੀਆਂ 'ਚ ਦਮ ਹੋਣਾ ਚਾਹੀਦਾ, ਤਗੜੇ ਹੋ ਕੇ ਸੋਚ ਕੇ ਚੱਲੋ ਕਿ ਅਸੀਂ ਪੰਜਾਬ ਦਾ ਨਿਜ਼ਾਮ ਬਦਲ ਕੇ ਰਹਾਂਗੇ। ਔਰ ਜੇ ਇਹ ਹੈ ਤਾਂ ਹੀ ਸਾਡਾ ਇੱਥੇ ਹੋਣ ਦਾ ਫਾਇਦਾ, ਨਹੀਂ ਤਾਂ ਕੋਈ ਫਾਇਦਾ ਨਹੀਂ। ਘਰੋ ਘਰੀ ਬੈਠ ਜਾਈਏ, ਮੈਂ ਆਪਣੇ ਖੇਤਾਂ ਚਲਾ ਜਾਣਾ, ਤੁਸੀਂ ਫੈਕਟਰੀਆਂ 'ਚ ਬਹਿ ਜਾਓ। ਜੇਕਰ ਹਿੰਮਤ ਕਰਨੀ ਹੈ, ਪਸੀਨਾ ਵਹਾਉਣਾ, ਲਹੂ ਵਹਾਉਣਾ ਤੇ ਬਾਹਰ ਨਿਕਲੋ, ਨਹੀਂ ਤੇ ਆਪਾਂ ਚੱਲੀਏ ਵਾਪਸ। ਇਹਨਾਂ ਨੇ ਆਜ ਹਮੇ ਇਸ ਪਾਰਟੀ ਮੇ ਰਲਾ ਕਰ ਮਾਨ ਬਖਸ਼ਾ। ਇਸ ਮਾਨ ਕੀ ਹਮੇ ਬਹੁਤ ਖੁਸ਼ੀ ਹੈ। ਵਾਜਪਾਈ ਸਾਹਿਬ ਕਾ ਮੈਨੇ ਜੀਵਨ ਦੇਖਾ ਥਾ, ਜਿਹਨਾਂ ਨੇ हर हिंदू सिख को एक किया था। ते नरेंद्र भाई मोदी साहब ने सबको एक करके दिखा दिया। हम किसानों के भी नुमाइंदे हैं, किसानों के साथ लगातार हम उनकी मदद में रहे हैं। पर मैंने धार रखा था जिस दिन नरेंद्र भाई मोदी साहब ने हमारे हक में फैसला कर दिया ਤੇ ਹਮ ਉਸ ਦਿਨ ਉਸ ਪਾਰਟੀ ਵਿੱਚ ਸ਼ਾਮਲ ਹੋ ਗਏ। ਸੋ 2022 ਦੇ ਲਈ ਬੀਜੇਪੀ ਨੇ ਲਗਾਤਾਰ ਕਮਰ ਕੱਸੀ ਹੋਈ ਹੈ। ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਬਠਿੰਡਾ ਦੇ ਵਿੱਚ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਅਤੇ ਫਿਰ ਤੋਂ 117 ਸੀਟਾਂ 'ਤੇ ਚੋਣ ਲੜਨ ਦਾ ਦਮ ਭਰਿਆ। 17 ਸੀਟਾਂ ਦੇ ਉੱਤੇ ਪਾਰਟੀ ਨੂੰ ਤੰਦਰੁਸਤ ਕਰਨਾ, ਚੋਣਾਂ ਲਈ ਤਿਆਰ ਕਰਨਾ, ਫੌਜਾਂ ਆਪਣੇ ਆਪਣੇ ਇਲਾਕੇ ਦੇ ਅੰਦਰ ਆਪਣੇ ਆਪਣੇ ਬੂਥ 'ਚ ਤਿਆਰ ਹੋਣ, ਇਹ ਮੇਰੇ ਜ਼ਿੰਮੇ ਹੈ। ਔਰ ਮੈਂ 117 ਦੀਆਂ 17 ਸੀਟਾਂ ਨੂੰ ਕੰਸਨਟ੍ਰੇਟ ਕਰਕੇ ਆਪਣੇ ਪ੍ਰਵਾਸ 'ਤੇ ਨਿਕਲਿਆ। ਅੱਜ ਮੇਰਾ 7ਵਾਂ ਦਿਨ ਹੈ। ਉਧਰ ਸੁਖਬੀਰ ਸਿੰਘ ਬਾਦਲ ਦੇ ਇਲਜ਼ਾਮਾਂ ਨੂੰ ਬੀਜੇਪੀ ਨੇ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਬੀਜੇਪੀ ਕਿਸੇ ਨੂੰ ਵੀ ਡਰਾ ਧਮਕਾ ਕੇ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਕਰਵਾ ਰਹੀ। ਜਿੱਥੇ ਤੱਕ ਸਵਾਲ ਹੈ ਸਿਰਸਾ ਜੀ ਦਾ, ਮੈਂ ਤਾਂ ਕੋਈ ਕਮੈਂਟ ਨਹੀਂ ਕਰਨਾ। ਇਹਦਾ ਬਿਹਤਰ ਜਵਾਬ ਸਿਰਸਾ ਜੀ ਕੋਲੋਂ ਲੈਣਾ ਚਾਹੀਦਾ ਹੈ ਕਿ ਭਾਈ ਤੁਸੀਂ ਪਾਰਟੀ ਜੁਆਇਨ ਕੀਤੀ ਹੈ, ਕੁਛ ਲੋਕ ਇਹ ਗੱਲ ਕਹਿੰਦੇ ਪਏ ਨੇ, ਤੁਹਾਡਾ ਕੀ ਕਹਿਣਾ? ਸ਼ਰਮ ਆਉਣੀ ਚਾਹੀਦੀ ਉਨ ਲੋਕੋ ਕੋ ਜੋ ਐਸਾ ਕਿ ਵੀ ਡਰ ਕੇ। ਹਿੰਦੁਸਤਾਨ ਮੇਂ ਕੋਈ ਕਿਸੀ ਸੇ ਨਹੀਂ ਡਰਤਾ, ਔਰ ਨਾ ਡਰ ਸੇ ਕਹੀਂ ਕਿਸੀ ਕੇ ਪਿਆਰ ਸੇ ਆਤਾ ਹੈ ਕੋਈ। ਅਬ ਮੈਂ ਮੇਰੀ ਜੋ ਆਈਡੀਆ ਨਾ ਸਰਸਾ ਸਾਹਿਬ ਕੋ ਆਉਣੇ ਕਾ ਕਾਰਨ ਕਿਆ? ਦੇਖੋ ਸਰਸਾ ਸਾਹਿਬ ਸਮਾਜ ਕੀ ਸੇਵਾ ਕਰਤੇ ਹੈ, ਹਮ ਦੇਖਤੇ ਹੈ ਗੁਰਦੁਆਰੇ ਮੇਂ ਲੰਗਰ ਕੀ ਬਾਤ ਕਰਤੇ ਹੈ, ਔਰ ਸਿੱਖੋਂ ਕੇ ਪ੍ਰਤੀ ਯਾਨੀ ਆਪਣੇ ਸਮਾਜ ਕੇ ਪ੍ਰਤੀ ਕਹੀਂ ਵੀ ਕਿਸੀ ਕੋ ਦੁੱਖ ਹੋਤਾ ਹੈ ਵਾਹ ਚਲੇ ਜਾਤੇ ਹੈ, ਜਾਤੇ ਵੀ ਹੈ ਨਾ ਜਾਤੇ, ਮੈਂ ਕੋਈ ਝੂਠ ਤੋਂ ਨਹੀਂ ਮਾਰ ਰਹਾ। ਕਾਮ ਕੀਆ ਹੈ ਜੋ ਬੰਦਾ ਆਪਣੇ ਸਮਾਜ ਕੀ ਸੇਵਾ ਕਰਨਾ ਚਾਹਤਾ ਹੈ, ਕੋਈ ਰਾਜਨੀਤੀ ਕਰਨੇ ਕੇ ਨਹੀਂ ਦਿਆ ਹੈ ਉਸਨੇ, ਯੇ ਬਿਆਨ ਮੈਨੇ ਦੇਖਾ ਹੈ, ਕੋਈ ਉਹ MLA ਬਣਨੇ ਕੇ ਲੀਏ ਨਹੀਂ ਆਇਆ ਹੈ, ਉਹ ਰਾਜਨੀਤੀ ਮੁਝੇ ਲੱਗ ਰਿਹਾ ਹੈ ਨਹੀਂ ਆਇਆ ਉਹ। ਇਸ ਤਰ੍ਹਾਂ ਇਹ ਤੁਸੀਂ ਮਨਜਿੰਦਰ ਸਿੰਘ ਸਿਰਸਾ ਨੂੰ ਪੁੱਛੋ ਕਿ ਕਿਸੇ ਨੇ ਭੈ ਕੋਈ ਦਿਖਾਇਆ। ਮਨਜਿੰਦਰ ਸਿੰਘ ਸਿਰਸਾ ਨੇ ਕੀ ਕਿਹਾ ਉਹੀ ਗੱਲ ਮੰਨੋਗੇ ਨਾ, ਜਾਂ ਦੂਸਰੇ ਲੋਕਾਂ ਦੀ ਗੱਲ ਮੰਨ ਲਓਗੇ? ਸੁਖਬੀਰ ਬਾਦਲ ਤਾਂ ਇਸ ਦੇਸ਼ ਦਾ ਸਭ ਤੋਂ ਬੜਾ ਗੱਪਿਸਤਾਨ, ਉਹਦੀ ਗੱਲ ਛੱਡੋ ਤੁਸੀਂ। ਅਤੇ ਉਹ ਕਿਹੜਾ ਭੈ ਦਿਖਾਇਆ? ਉਹਨੇ ਕਿਹਾ ਕਿ ਪ੍ਰਧਾਨ ਮੰਤਰੀ ਜਿਹੜੇ ਆ ਇਸ ਦੇਸ਼ ਦਾ ਸਿੱਖ ਰਾਸ਼ਟਰਪਤੀ ਰਿਹਾ, ਸਿੱਖ ਪ੍ਰਧਾਨ ਮੰਤਰੀ ਰਿਹਾ। ਫਿਲਹਾਲ ਇੱਥੇ ਰੁਕ ਰਹੇ ਛੋਟੀ ਜੀ ਬ੍ਰੇਕ ਲਈ, ਜਲਦ ਹਾਜ਼ਰ ਹੋਣੇ ਇਸ ਬ੍ਰੇਕ ਤੋਂ ਬਾਅਦ।